ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਹਰਪ੍ਰੀਤ ਸਿੰਘ ਅਤੇ ਤੁਸੀਂ ਦੇਖ ਰਹੇ ਆਪਣਾ ਵੀਰ ਹਰਪ੍ਰੀਤ ਸਿੰਘ। ਅਤੇ ਅੱਜ ਆਪਾਂ ਪਹੁੰਚੇ ਹਾਂ ਪ੍ਰਧਾਨ ਟੋਏ ਸ਼ੋਪ, ਠੀਕ ਹੈ। ਅਤੇ ਇਹਨਾਂ ਦੀ ਲੋਕੇਸ਼ਨ ਹੈਗੀ ਆ ਆਪਣੇ ਜਲੰਧਰ ਤੋਂ ਅੰਮ੍ਰਿਤਸਰ ਵਾਲੀ ਰੋਡ, ਨੀਅਰ ਬਾਏ ਐਚ ਪੀ ਪੈਟਰੋਲ ਪੰਪ, ਠੀਕ ਹੈ। ਅਤੇ ਲਾਗੇ ਹੋਸਪਿਟਲ ਵੀ ਹੈਗਾ ਵਾ। ਆਹ ਜਿਹੜੀ ਰੋਡ ਆ ਹੈਗੀ ਅੰਮ੍ਰਿਤਸਰ ਤੋਂ ਜਲੰਧਰ ਅਤੇ ਜਲੰਧਰ ਤੋਂ ਅੰਮ੍ਰਿਤਸਰ ਵਾਲੀ ਰੋਡ। ਅਤੇ ਇਹਨਾਂ ਕੋਲ ਜਿਹੜੇ ਟਰੈਕਟਰ ਵਗੈਰਾ ਵਿਕਦੇ ਆ, ਠੀਕ ਹੈ, ਬੱਚਿਆਂ ਵਾਲੇ ਖਿਡੌਣੇ ਵਾਲੇ, ਅਤੇ ਤੁਸੀਂ ਦੇਖਦੇ ਪਏ ਜੇ ਕਿ ਕਾਫੀ ਸੋਹਣੇ ਹੈਗੇ ਆ। ਅਗਰ ਤੁਸੀਂ ਇਹਨਾਂ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਇੱਥੇ ਆਪਣੀ ਗੱਡੀ ਰੋਕ ਕੇ ਜਾਂ ਬਾਈਕ ਵਗੈਰਾ ਰੋਕ ਕੇ ਅਤੇ ਈਜ਼ਲੀ ਖਰੀਦ ਸਕਦੇ ਜੇ। ਅਤੇ ਪਿੰਡ ਹੈਗਾ ਮੱਲੀਆਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੇ? ਠੀਕ ਹੈ ਸਰ, ਠੀਕ ਹੈ। ਹੋਰ? ਬਸ ਵਧੀਆ। ਅਤੇ ਸਰ ਕਿਹੜੀ ਕਿਹੜੀ ਚੀਜ਼ਾਂ ਆਪਾਂ ਵੇਚਦੇ ਹਾਂ ਸਰ? ਆਹ ਦੇਖੋ, ਪਹਿਲੇ ਵਾਲੇ ਆ, ਠੀਕ ਹੈ। ਹਾਂ, ਬਾਜ਼ਾਰ 'ਚ ਮਤਲਬ ਕਿ ਤੁਸੀਂ ਕਿਤੇ ਵੀ ਚਲ ਜਾਓ ਇਹਦੇ ਨਾਲ ਦੇ ਟਰੈਕਟਰ ਨਹੀਂ ਮਿਲਣਗੇ, ਬੈਰੰਗ ਵਾਲੇ। ਮਤਲਬ ਕਿ ਹਰ ਚੀਜ਼ ਜਿਹੜੀ ਹੈ, ਮਤਲਬ ਕਿ ਟਰੈਕਟਰ ਵਗੈਰਾ ਲੋਹੇ ਦੇ ਬਣਾਏ ਹੋਏ ਨੇ, ਬੱਚੇ ਨੂੰ ਚਲਾਉਣਾ ਬਹੁਤ ਸੌਖਾ ਹੈ। ਚੈਨ ਵਾਲੇ ਆ, ਬੈਰੰਗ ਵਾਲੇ ਆ, ਬਹੁਤ ਵਧੀਆ। ਮਤਲਬ ਕਿ ਇੰਨਾ ਸੌਖਾ ਚੱਲਦਾ, ਕੋਈ ਹਿਸਾਬ ਨਹੀਂ, ਛੋਟੇ ਤੋਂ ਛੋਟਾ ਬੱਚਾ ਚਲਾ ਦੋਗਾ। ਠੀਕ ਕਿਸੇ ਬਾਜ਼ਾਰ ਜਾ ਕਿਸੇ ਜਾਓਗੇ ਨਾ ਸ਼ੋਪ 'ਤੇ, ਇੰਨਾ ਸਮਾਨ ਨਹੀਂ ਮਿਲੇਗਾ। ਮਤਲਬ ਕਿ ਹਰ ਚੀਜ਼ ਜਿਹੜੀ ਮਰਜ਼ੀ ਆ ਕੇ ਕੋਈ ਖਰੀਦੇ ਉਹ ਹੀ ਮਿਲੇਗੀ। ਮਤਲਬ ਹਰੇਕ ਆਈਟਮ ਜਿਹੜੀ ਆਪਾਂ ਨੂੰ ਮਿਲ ਜਾਏਗੀ, ਕਾਟਨ ਦੇ ਵਿੱਚ ਵੀ ਆ ਅਤੇ ਅੰਦਰ ਵੜ ਦੇ ਵਿੱਚ ਵੀ ਹੈਗੀ ਆ। ਅੰਦਰ ਵੜ ਦੇ ਕੋਈ ਜ਼ਮਾਨ ਇਹੋ ਜਿਹੇ ਨਹੀਂ ਜਿਹੜਾ ਨਾ ਮਿਲੇਗਾ। ਠੀਕ ਠੀਕ, ਬਸ ਇਹਨਾਂ ਕੋਲ ਸਾਰੀਆਂ ਆਈਟਮਸ ਹੈਗੀਆਂ ਵਾ, ਠੀਕ ਹੈ। ਅਤੇ ਆਹ ਦੇਖੋ ਬੱਸਾਂ ਵਗੈਰਾ ਕਿੰਨੀਆਂ ਸੋਹਣੀਆਂ ਇਹਨਾਂ ਨੇ ਬਣਾਈਆਂ ਹੋਈਆਂ। ਅਤੇ ਆਪਾਂ ਇਹਨਾਂ ਦੇ ਅੰਦਰ ਐਂਟਰ ਕੀਤੇ, ਆਹ ਦੇਖੋ ਪ੍ਰੈਸ ਆਇਆ। ਠੀਕ ਹੈ ਸਰ, ਕੋਈ ਗਿਫਟ ਕਿਸੇ ਨੂੰ ਦੇਣਾ ਜਾਂ ਲੈਣਾ ਜਾਂ ਕੋਈ ਕੰਮ ਇਹੋ ਜਿਹਾ, ਹਰ ਚੀਜ਼ ਮਿਲੇਗੀ। ਥੱਲੇ ਦੇਖੋ ਬੱਤੀਆਂ, ਲਾਈਟਸ ਵਗੈਰਾ, ਲੈਂਪਸ ਵਗੈਰਾ, ਹਰ ਚੀਜ਼ ਹੈਗੀ। ਅਤੇ ਪਲਾਸਟਿਕ ਦੀ ਆਈਟਮ ਪਲੱਸ ਕੱਪ ਵਗੈਰਾ ਵੀ ਹੈਗੇ, ਕੋਈ ਆਈਟਮ ਨਹੀਂ ਜਿਹੜੀ ਨਹੀਂ ਹੋਏਗੀ। ਠੀਕ ਹੈ, ਅਤੇ ਸੈਲੋ ਦੀ ਵੀ ਸਾਰੀਆਂ ਆਈਟਮਸ ਹੈਗੀਆਂ ਵਾ। ਸੈਲੋ ਦਾ ਜਨੇਕੇ ਦਾ ਮਾਲ ਸਾਰਾ ਹੀ। ਠੀਕ, ਪਲੱਸ ਵੱਡੀਆਂ ਛੋਟੀਆਂ ਗੱਡੀਆਂ ਵੀ ਹੈਗੀਆਂ ਆਪਣੇ ਕੋਲ, 4x4 4x4 ਦੀਆਂ ਆਮ ਬਾਜ਼ਾਰ ਤੋਂ। ਦੇਖੋ ਸਰ ਗੱਡੀ ਸਟਾਰਟ ਕਰਕੇ ਦਿਖਾਉਂਦੇ, ਓਕੇ। ਮਤਲਬ ਪੂਰਾ ਜੈਕ ਲੱਗਦਾ, ਆਪਾਂ ਮਿੱਟੀ ਵਗੈਰਾ ਪਾ ਕੇ ਬੱਚੇ ਜਿਹੜੀ ਖੇਡਦੇ ਨੇ ਉਹ ਵੀ ਆਪਾਂ ਜਿਹੜਾ ਕੰਮ ਕਰ ਸਕਦੇ ਹਾਂ। ਫੋਰ ਬਾਈ ਫੋਰ ਗੱਡੀਆਂ ਸਾਰੀਆਂ। ਅੱਛਾ, 4x4 ਘਰ ਦਾ ਸਮਾਨ ਆ, ਅਲਮਾਰੀ ਕੋਈ ਅਲਮਾਰੀ ਆ, ਹਾਂਜੀ, ਲੱਕੜ ਦੀ ਪਲੱਸ ਟੈਡੀ ਬੀਅਰਸ ਹੈਗੇ ਆ, ਟੈਡੀ ਬੀਅਰ ਟੋਕਰੀਆਂ, ਮੱਛਰਦਾਨੀਆਂ, ਠੀਕ ਹੈ, ਹਰ ਚੀਜ਼ ਬੱਚੇ ਟੱਪ ਨਹਾਉਣ ਵਾਲੇ ਬੱਚਿਆਂ ਦੇ, ਟੱਪ ਬਣਾਉਣ ਵਾਲੇ, ਹਾਂਜੀ, ਠੀਕ। ਫਿਰ ਚਰਖੇ ਹੈਗੇ ਜੀ, ਹਾਂ, ਪੁਰਾਣੀ ਆਈਟਮ ਜਿਹੜੀ ਆਮ ਘਰਾਂ 'ਚ ਰੱਖੀ ਜਾਂਦੀ ਵੇਖ, ਜਿਹੜੀਆਂ ਆਪਾਂ ਅੱਜ ਅੱਜ ਦੀ ਚੀਜ਼ਾਂ ਲੁਪਤ ਹੋ ਗਈਆਂ, ਵੇਖਣ ਨੂੰ ਨਹੀਂ ਮਿਲਦੀਆਂ। ਠੀਕ ਠੀਕ, ਅਤੇ ਪਲਾਸਟਿਕ ਦੀ ਆਈਟਮ ਜਿਹਦੀ ਆਪਣੇ ਕੋਲ ਸਾਰਾ ਕੁਛ ਹੈਗਾ ਵਾ, ਹਰ ਚੀਜ਼, ਛੋਟੇ ਵੱਡੇ ਟੋਇਸ, ਠੀਕ ਹੈ, ਅਤੇ ਡਰਮਸ ਵਗੈਰਾ ਵੀ ਹੈਗੇ ਆ, ਅਤੇ ਪਲੱਸ ਹੈਲੀਕਾਪਟਰ, ਠੀਕ ਹੈ, ਰਿਮੋਟ ਵਾਲੇ। ਗੱਡੀਆਂ ਪੈਕਿੰਗ ਕਿਸੇ ਨੇ ਖਾਣੀ, ਪੈਕਿੰਗ ਕਰ ਸਕਦਾ। ਅੱਛਾ, ਜੇ ਕਿਸੇ ਨੇ ਆਪ ਘਰ ਤਿਆਰ ਕਰਨੀ, ਠੀਕ, ਇੱਥੇ ਲੈ ਜਾ, ਮਤਲਬ ਕਿ 1000 ਰੁਪਇਆ ਸਸਤੀ ਤਿਆਰ ਨੂੰ। ਠੀਕ ਠੀਕ, ਜਿਹੜੀ ਤਿਆਰ ਹੈ ਉਹ 11000 ਦੀ 4x4, 8000 ਦੀ, 7000 ਦੀ, 6000 ਦੀ, ਅਤੇ ਜੇ ਆਪ ਤਿਆਰ ਕਰਨੀ ਹੈ ਤਾਂ 1000 ਰੁਪਇਆ ਲੈਸ। ਠੀਕ ਠੀਕ ਠੀਕ, ਪੀਂਗਾ, ਮਤਲਬ ਬੈਟ ਵਗੈਰਾ ਹੈਗੇ ਆ, ਡਰਮਸ ਵਗੈਰਾ ਹੈਗੇ ਆ, ਕਾਰਾਂ ਹੈਗੀਆਂ ਵਾ, ਅਤੇ ਰਿੰਗਸ ਵਗੈਰਾ ਹੈਗੇ ਆ, ਪਲੱਸ ਸਪੀਕਰ ਹੈਗੇ ਆ, ਠੀਕ ਹੈ, ਮਤਲਬ ਕਿ ਸਾਰਾ ਕੁਛ A to Z ਹੈਗਾ ਵਾ। ਇਹ ਸਰ ਕਾਫੀ ਹੈਵੀ ਹੈ ਨਾ? ਹਾਂਜੀ, ਹੈਵੀ, ਕਾਫੀ ਹੈਵੀ ਹੈਗਾ ਵਾ। ਮਤਲਬ ਕਿ ਲੈ ਕੇ ਆਏ ਜਿਹਨੂੰ ਪਹਿਲਾਂ ਇੱਕ ਵਾਰੀ ਚਲਾਉਣਾ ਸਿੱਖਣਾ ਪੈਣਾ ਕਿ ਹਾਂ ਵੀ ਮੈਂ ਸਿੱਖ ਲਈਏ ਅਤੇ ਫਿਰ ਇਹ ਚਲਾਇਆ ਜਾਣਾ। ਠੀਕ ਠੀਕ ਠੀਕ, ਸਾਈਕਲ ਦੀ ਆਈਟਮ ਜਦੋਂ ਤੁਸੀਂ ਦੇਖਦੇ ਪਏ ਜੇ ਕਿ ਸਾਰੀਆਂ ਆਈਟਮਸ ਜਿਹੜੀਆਂ ਹੈਗੀਆਂ ਉਹ ਲਗਭਗ ਟਰੈਕਟਰ, ਠੀਕ ਹੈ, ਲੋਹੇ ਦਾ ਟਰੈਕਟਰ, ਲੋਹੇ ਦਾ ਟਰੈਕਟਰ, ਠੀਕ ਹੈ, ਅਲਮਾਰੀਆਂ ਜਿਹੜੀ ਮਰਜ਼ੀ ਲੋਹੇ, ਓਕੇ। ਅਤੇ ਅੰਦਰ ਆਪਾਂ ਇੱਕ ਵਾਰੀ ਚੱਲਦੇ ਹਾਂ, ਵਾਕਰ ਪੀਂਗਾ ਜੋ ਮਰਜ਼ੀ ਲਵੇ ਜੀ, ਆਹ ਵਾਕਰ ਵੇਖੋ, ਇਹ ਅਸੀਂ ਦਿੰਦੇ ਨੇ 1000 ਰੁਪਏ ਦਾ, ਵਧੀਆ ਤੋਂ ਵਧੀਆ। ਠੀਕ ਠੀਕ ਠੀਕ, ਪੀਂਗਾ ਥੱਲੇ 250 ਤੋਂ ਲੱਗ ਕੇ 1000 ਰੁਪਏ ਤੱਕ, ਠੀਕ। ਆਪਣੇ ਮਤਲਬ ਅਲਮਾਰੀ ਬੱਚਿਆਂ ਦੀਆਂ, ਸੋਫੇ, ਹਾਂਜੀ,
ਸਾਈਕਲ ਘੋੜੇ ਹਰ ਚੀਜ਼ ਮਿਲ ਗਈ ਕੱਪੜਿਆਂ ਅਲਮਾਰੀਆਂ ਹਾਂਜੀ ਆ ਜੇ ਗਾ ਠੀਕ ਹੈ ਘਰ ਦੇ ਵਿੱਚ ਡੈਕੋਰੇਟ ਕਰਨ ਵਾਸਤੇ ਜਿਹੜੇ ਗਨ ਪੁਆਇੰਟਸ ਜਿਹੜੀਆਂ ਆਪਾਂ ਯੂਜ਼ ਕਰਦੇ ਹਾਂ ਹਾਂਜੀ ਕੋਠੀ ਜੀ ਲਾਉਣੀ ਆ ਲਾਓ ਜਿੱਥੇ ਮੈਂ ਠੀਕ ਸ਼ੋਰੂਮ ਠੀਕ ਹੈ ਇੱਥੇ ਆ ਜਿਹੜੀਆਂ ਸਾਰੀਆਂ ਆਈਟਮਾਂ ਜਿਹੜੀਆਂ ਮਿਲਦੀਆਂ ਵਾ ਅਤੇ ਬੱਚਿਆਂ ਦੇ ਸੌਣ ਵਾਸਤੇ ਜਿਹੜਾ ਮੱਛਰ ਵਗੈਰਾ ਨਾਲ ਲੜੇ ਅਤੇ ਆਹ ਕੁਛ ਇਹਨਾਂ ਕੋਲ ਯੂਨੀਕ ਚੀਜ਼ਾਂ ਹੈਗੀਆਂ ਜਿਹੜੀਆਂ ਹੱਥ ਨਾਲ ਕਲਾਕਾਰੀ ਬਣਾਈ ਹੋਈ ਆ ਠੀਕ ਹੈ ਅਤੇ ਬਾਕੀ ਇਹਨਾਂ ਕੋਲ ਜਿਹੜੀਆਂ ਵਾ ਮਤਲਬ ਕਿ ਬੱਚਿਆਂ ਦੇ ਸਾਈਕਲ ਵਗੈਰਾ ਦੇਖੋ ਕਿੰਨੇ ਸੋਹਣੇ ਹੈਗੇ ਆ ਠੀਕ ਹੈ ਪਰ ਪਲਾਸਟਿਕ ਦੀ ਹਰੇਕ ਆਈਟਮ ਇਹਨਾਂ ਕੋਲ ਅਵੇਲੇਬਲ ਆ ਬੱਚਿਆਂ ਦੇ ਝੂਲੇ ਠੀਕ ਹੈ ਟੱਬ ਪੰਗੂੜੇ ਠੀਕ ਹੈ ਸਾਰਾ ਕੁਛ ਹੈਗਾ ਉਹਨਾਂ ਕੋਲ ਅਤੇ ਪਲਾਸਟਿਕ ਦੇ ਟੱਬ ਵਗੈਰਾ ਵੀ ਅਤੇ ਆਹ ਦੇਖੋ ਕਿੱਡਾ ਸੋਹਣਾ ਟੈਡੀ ਬੀਅਰ ਆ ਠੀਕ ਹੈ ਕਿੱਡਾ ਵੱਡਾ ਵਾ ਅਤੇ ਪਲੱਸ ਇਹਨਾਂ ਕੋਲ ਜਿਹੜੀਆਂ ਵਾ ਕਾਰਾਂ ਵਗੈਰਾ ਵੀ ਹੈਗੀਆਂ ਵਾ ਠੀਕ ਹੈ ਰਿਮੋਟ ਵਾਲੀਆਂ ਵੀ ਆ ਅਤੇ ਸਿੰਪਲ ਵੀ ਹੈਗੀਆਂ ਵਾ ਮਤਲਬ ਕਿ ਆਹ ਜਿਹੜੇ ਉਹ ਖਿਡੌਣੇ ਆ ਜਿਹੜੇ ਡਿੱਗਦੇ ਨਹੀਂ ਆ ਮਤਲਬ ਕਿ ਇਹਨਾਂ ਨੂੰ ਆਪਾਂ ਪੰਚ ਕਰਦੇ ਹਾਂ ਅਤੇ ਫਿਰ ਦੁਬਾਰਾ ਦੇ ਦੁਬਾਰਾ ਜਿਹੜੇ ਸਿੱਧੇ ਹੋ ਜਾਂਦੇ ਨੇ ਗੱਡੀਆਂ ਤੁਸੀਂ ਦੇਖਦੇ ਪਏ ਜੇ ਕਿ ਕਾਫੀ ਸੋਹਣੀ ਹੈਗੀਆਂ ਵਾ ਉੱਤੇ ਉਹਨਾਂ ਨੇ ਟੈਡੀ ਬੀਅਰ ਵੀ ਪਾਇਆ ਹੋਇਆ ਵਾ ਕਿੱਡਾ ਹਰਾ ਅਤੇ ਪਲੱਸ ਚੇਅਰਸ ਹੈਗੀਆਂ ਇਹਨਾਂ ਕੋਲ ਅਤੇ ਆਹ ਇਹਨਾਂ ਕੋਲ ਟੈਡੀ ਬੀਅਰ ਬਹੁਤ ਸੋਹਣਾ ਵਾ ਠੀਕ ਹੈ ਮਤਲਬ ਕਿ ਅੰਦਰ ਇਹਨਾਂ ਕੋਈ ਯੂਨੀਕ ਐਂਟੀਕ ਜਿਹੜੀਆਂ ਚੀਜ਼ਾਂ ਹੈਗੀਆਂ ਵਾ ਠੀਕ ਹੈ ਪਲਾਸਟਿਕ ਆਈਟਮ ਦੇ ਵਿੱਚ ਸਾਰਾ ਕੁਛ ਹੀ ਹੈਗਾ ਇਹਨਾਂ ਕੋਲ ਠੀਕ ਹੈ ਸਾਈਕਲ ਹੋ ਗਿਆ ਠੀਕ ਹੈ ਅਤੇ ਤੁਸੀਂ ਆਹ ਜਿਹੜਾ ਹੈਂਡਲ ਵਾਲਾ ਵੀ ਲੈ ਸਕਦੇ ਜੇ ਇਹਦੇ ਨਾਲ ਇਹ ਵਾ ਕਿ ਬੱਚੇ ਨੂੰ ਈਜ਼ੀਲੀ ਆਪਾਂ ਜਿਹੜਾ ਕੈਰੀਅਰ ਕਰ ਸਕਦੇ ਹਾਂ ਠੀਕ ਹੈ ਹਾਂ ਦੇਖੋ ਸਾਰੇ ਸਾਰੇ ਸਾਈਕਲ ਲੱਗੇ ਹੋਏ ਨੇ ਪਲੱਸ ਛੋਟਾ ਸਾਈਕਲ ਵੀ ਹੈਗਾ ਇਹਨਾਂ ਕੋਲ ਠੀਕ ਹੈ ਬਸ ਬਾਈਕ ਵੀ ਹੈਗੀ ਆ ਬਾਈਕ 'ਤੇ ਤੁਸੀਂ ਦੇਖਦੇ ਪਏ ਜੇ ਕਿ ਕਾਫੀ ਸੋਹਣੀ ਹੈਗੀ ਪੈਨਲਾਂ ਵਾਲੀ ਆ ਠੀਕ ਹੈ ਇੱਕ ਟ੍ਰੇਨ ਹੈਗੀ ਆ ਟ੍ਰੇਨ ਟਾਈਪ ਮੈਟਰੋ ਕਾਰ ਅਤੇ ਮਿੰਨੀ ਕਾਰ ਅਤੇ ਪਲੱਸ ਪੰਗੂੜਾ ਅਤੇ ਇੱਕ ਉਹ ਸਾਈਕਲ ਸਟੈਂਡ ਵੀ ਹੈਗਾ ਵਾ ਕਿ ਤੁਸੀਂ ਅਗਰ ਉਹ ਬੱਚਿਆਂ ਨੂੰ ਖੇਡਣ ਵਾਸਤੇ ਅਗਰ ਸਾਈਕਲ ਸਟੈਂਡ ਚਾਹੀਦਾ ਤਾਂ ਉਹ ਵੀ ਮਿਲ ਜਾਏਗਾ ਅਤੇ ਪਲੱਸ ਵਾਕਰ ਵੀ ਹੈਗਾ ਵਾ 4x1 ਠੀਕ ਹੈ ਅਤੇ ਉਹ ਜਿਹੜਾ ਵਾ ਝੂਲਾ ਮੇਰਾ ਨਾਮ ਪ੍ਰੀਤਮ ਸਿੰਘ ਹੈ ਮੈਂ ਅੰਮ੍ਰਿਤਸਰ ਤੋਂ ਬਿਲੋਂਗ ਕਰਦਾ ਮੇਰਾ ਇੱਕ ਸ਼ੌਂਕ ਸੀ ਕਿ ਮੈਂ ਇੱਕ ਸ਼ੋਪ ਖੋਲ੍ਹਣੀ ਹੈ ਓਕੇ ਕਿ ਜਿਹਦੇ ਵਿੱਚ ਮਤਲਬ ਕਿ ਕੋਈ ਵੀ ਸਮਾਨ ਲੈ ਕੇ ਕੋਈ ਜਾ ਸਕੇ ਮਤਲਬ ਕਿ ਕੋਈ ਵੀ ਅੰਦਰ ਵੜ ਕੇ ਵੇਖੋ ਕੋਈ ਵੀ ਸਮਾਨ ਇਹੋ ਜਿਹਾ ਨਹੀਂ ਜਿਹੜਾ ਨਹੀਂ ਮਿਲੇਗਾ ਓਕੇ ਮੇਰਾ ਇੱਕ ਪੁਰਾਣਾ ਸ਼ੌਂਕ ਸੀ ਇਸ ਕਰਕੇ ਆਹੋ ਤੁਸੀਂ ਵੇਖਦੇ ਸਭ ਕੁਝ ਲੱਗਾ ਹੋਇਆ ਓਕੇ ਹਾਂਜੀ ਫਿਰ ਸਰ ਦਿਖਾ ਸਕਦੇ ਕਿਹੜੀ ਕਿਹੜੀ ਆਈਟਮ ਆਪਣੇ ਕੋਲ ਸੇਲ ਆਊਟ ਕਰਦੇ ਜੇ ਇਹ 4x4 ਗੱਡੀਆਂ ਓਕੇ ਇਹ ਕਾਰਾਂ ਵਾ ਛੋਟੇ ਬੱਚਿਆਂ ਦੇ ਓਕੇ ਇਹ ਸਕੂਟਰ ਹੈ ਹਾਂਜੀ ਮੋਟਰਸਾਈਕਲ ਹੈ ਮਤਲਬ ਕਿ ਬਾਜ਼ਾਰ ਨੂੰ ਆਮ ਸਸਤਾ ਠੀਕ ਹੈ ਤਾਂ ਸਰ ਇਹ ਸਾਰੀ ਇਲੈਕਟ੍ਰੀਕਲ ਗੱਡੀਆਂ ਹੈਗੀਆਂ ਹਾਂ ਸਾਰੀਆਂ ਇਲੈਕਟ੍ਰੀਕਲ ਅਤੇ ਸਰ ਚਾਰਜਿੰਗ ਹੁੰਦਾ ਵਾ ਹਾਂਜੀ ਚਾਰਜਿੰਗ 2 ਘੰਟੇ ਦੀ ਚਾਰਜਿੰਗ ਹੈ ਅੱਛਾ 2 ਘੰਟੇ ਇੱਕ ਰੀਚਾਰਜ ਕਰੋ 2 ਘੰਟੇ ਚੱਲਦੀ ਫਿਰ ਚੱਲ ਪੈਂਦੀ ਹੈ ਫਿਰ ਚੱਲ ਪੈਂਦੀ ਠੀਕ ਅਤੇ ਸਰ ਕਿੰਨੇ ਤੋਂ ਸਟਾਰਟਿੰਗ ਹੋ ਜਾਂਦੀ ਹੈ ਮਤਲਬ ਕਿ ਆਪਣਾ ਸਟਾਰਟਿੰਗ ਅਗਰ ਆਪਾਂ ਥੱਲੇ ਮਤਲਬ ਥੱਲੇ ਜਿਹੜੀ ਹੈ 4000 ਤੋਂ ਚਾਲੂ ਹੋ ਜਾਂਦੀ ਹੈ ਮੋਟਰਸਾਈਕਲ ਓਕੇ ਉੱਪਰ 8000-11000 ਦਾ ਤੱਕ ਹੈ ਠੀਕ ਹੈ ਮਤਲਬ ਕਿ ਕਾਫੀ ਹੈਵੀ ਗੱਡੀਆਂ ਵੀ ਹੈਗੀਆਂ ਵਾ 4x4 ਉਹ ਗੱਡੀਆਂ ਅੱਛਾ 4x4 ਮਤਲਬ ਕਿ ਚਾਰੇ ਚੱਕੇ ਜਿਹੜੇ ਉਹ ਅਸੀਂ 10-10.5 ਤੱਕ ਦੇ ਦੇਣੇ ਵੱਡੀ ਗੱਡੀ ਠੀਕ ਹੈ ਤੇ ਸਰ ਰਿਮੋਟ ਨਾਲ ਚੱਲਦੀਆਂ ਜਾਂ ਮੈਨੂਅਲੀ ਆ ਰਿਮੋਟ ਨਾਲ ਅੱਛਾ ਰਿਮੋਟ ਨਾਲ ਚੱਲਦੀਆਂ ਮਤਲਬ ਕਿ ਕੋਈ ਰਿਮੋਟ ਨਾਲ ਚੱਲਦੀ ਰੇਸ ਵੀ ਹੈ ਅੱਛਾ ਰਿਮੋਟ ਵੀ ਹੈਗਾ ਤੇ ਰੇਸ ਵੀ ਹੈਗੀ ਠੀਕ ਹੈ ਗੱਡੀਆਂ ਤੁਸੀਂ ਦੇਖਦੇ ਪਏ ਜੇ ਕਿ ਕਾਫੀ ਸੋਹਣੀਆਂ ਹੈਗੀਆਂ ਬਾਈਕਸ ਵਗੈਰਾ ਇੱਧਰ ਕੋਈ ਵੀ ਸਮਾਨ ਲੈਣਾ ਹੋਵੇ ਠੀਕ ਹੈ ਹਾਂਜੀ ਜਦੋਂ ਮਤਲਬ ਕਿ ਦੋ ਤਿੰਨ ਮਹੀਨੇ ਦਾ ਓਕੇ ਹਾਂਜੀ ਉਹ ਖੇਡਦਾ ਵੀ ਰਹੇਗਾ ਤੇ ਵਿੱਚ ਪਿਸ਼ਾਪਸ਼ੂ ਵਿੱਚ ਹੀ ਕਰੇਗਾ ਇਹ ਟੇਬਲ ਹੈ ਬੱਚਿਆਂ ਦੇ ਠੀਕ ਹੈ ਪੜ੍ਹਾਈ ਕਰ ਪੜ੍ਹਨਾ ਤੇ ਆ ਜੇ ਪ੍ਰੈਸ ਵਾਲਾ ਅੱਛਾ ਪ੍ਰੈਸ ਟੇਬਲ ਹੈ ਪ੍ਰੈਸ ਟੇਬਲ ਠੀਕ ਹੈ ਸਰ ਬਾਕੀ ਘਰ ਦਾ ਸਜਾਵਟਾ ਤੇ ਸਮਾਨ ਜਿਹੜਾ ਫਲਾਵਰ ਵਗੈਰਾ ਜਰੇਗੇ ਹਾਂ ਮਤਲਬ ਕਿ ਘਰ ਜਿਹੜੇ ਆਪਾਂ ਡੈਕੋਰੇਟ ਕਰਦੇ ਨੇ ਕੋਈ ਸਮਾਨ ਵੇਖੋ ਮਤਲਬ ਕਿ ਇਹ ਤੋਂ ਲੈ ਕੇ ਜ਼ਹਿਰ ਤੱਕ ਹਰ ਚੀਜ਼ ਬਣ ਕੇ ਮਿਲੇਗੀ ਠੀਕ ਹੈ ਸਰ ਮਤਲਬ ਕਿ ਤੁਹਾਨੂੰ ਬਾਜ਼ਾਰ ਨੂੰ ਸਸਤਾ ਹੋਏਗਾ ਜਿਹਦੇ ਜੇ ਕੋਈ ਅੰਦਰ ਨਹੀਂ ਆਏਗਾ ਉਹਨੂੰ ਥੋੜਾ ਪਤਾ ਬਾਹਰੋਂ ਥੋੜਾ ਪਤਾ ਲੱਗਿਆ ਸ਼ੋਪ ਦਾ ਤਾਂ ਅੰਦਰੋਂ ਜਾ ਕੇ ਪਤਾ ਹਾਂ ਇਹ ਤਾਂ ਗੱਲ ਹੈਗੀ ਜਿੰਨਾ ਜੇ ਸ਼ੋਪ ਦੇ ਆਪਾਂ ਅੰਦਰ ਨਹੀਂ ਆਉਂਦੇ ਤੇ ਸਰ ਪਰਸ ਵਗੈਰਾ ਵੀ ਰੱਖੇ ਹੋਏ ਨੇ ਹਰ ਚੀਜ਼ ਰੱਖੀ ਹੈ ਅੱਛਾ ਮਤਲਬ ਕਿ ਹਰੇਕ ਆਈਟਮ ਰੱਖੀ ਹੋਈ ਆ ਪਿੱਲੋ ਵਗੈਰਾ ਵੀ ਰੱਖੇ ਹੋਏ ਨੇ ਵਾਟਰ ਕੂਲਰ ਵਗੈਰਾ ਵੀ ਰੱਖੇ ਟਰੈਕਟਰ ਛੋਟੇ ਵਾਟਰ ਕੂਲਰ ਠੀਕ ਮੱਛਰਦਾਨੀਆਂ
ਯਾਨੀ ਕਿ ਟੈਡੀ ਬੀਅਰ ਵਗੈਰਾ ਵੀ ਸਾਰਾ ਕੁਝ ਰੱਖਿਆ ਹੋਇਆ ਵਾ। ਹਾਂ ਆਖੋ ਠੀਕ ਹੈ। ਚਰਖੇ 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 ਪੁਰਾਣੇ ਰਿਵਾਜ ਦੇ ਜਿਹੜੇ ਠੀਕ ਹੈ। ਮਤਲਬ ਕਿ ਸਰ ਨੇ ਟੈਡੀ ਬੀਅਰ ਚਰਖੇ ਚੇਅਰਸ ਪਲਾਸਟਿਕ ਦੀ ਆਈਟਮਸ ਟੈਡੀ ਬੀਅਰਸ ਪਲੱਸ ਟੱਪ ਲਾਉਣ ਵਾਲੇ ਬੱਚਿਆਂ ਦੇ ਠੀਕ ਠੀਕ ਹੈ। ਆਖੋ ਓਕੇ ਬਾਜ਼ਾਰ ਨੂੰ ਸਸਤੇ ਜਿਹੜੇ ਰੋਡ 'ਤੇ ਮਿਲਦੇ ਦੋ ਦੋ ਹਜ਼ਾਰ ਦੇ ਚਾਰ ਚਾਰ ਹਜ਼ਾਰ ਦੇ ਅਸੀਂ ਮਤਲਬ 1500 ਦੇ ਦੇਣੇ ਠੀਕ ਹੈ ਸਰ। ਨਹੀਂ ਬਾਈ ਗੱਡੀਆਂ ਮਤਲਬ 4x4 ਤੇ ਟੈਡੀ ਬੀਅਰਸ ਵਗੈਰਾ ਜਿਹੜੇ ਰੱਖੇ ਹੋਏ ਨੇ ਇਹ ਬੱਚਿਆਂ ਦੇ ਟੇਬਲ ਸਟੱਡੀ ਟੇਬਲ ਸਟੱਡੀ ਟੇਬਲ ਸਟੱਡੀ ਟੇਬਲ ਸਰ ਆ ਕੀ ਚੀਜ਼ ਹੈਗੀ ਆ ਇਹ ਝੂਲਾ ਨਹੀਂ ਜੀ ਇਹ ਸਲਾਈਸ ਹੋ ਅੱਛਾ ਹੁਟ ਲੈਣ ਵਾਲੀ ਅੱਛਾ ਹੁਟ ਲੈਣ ਵਾਲੀ ਹਾਂ ਇਹ ਅਸੀਂ ਦਿੰਦੇ ਨੇ 4500 ਰੁਪਏ ਦੀ ਠੀਕ ਵੱਡੀ ਫੁੱਲ ਬਾਈ ਫੁੱਲ ਛੋਟੀ ਛੋਟੀ ਜਿਹੜੀ ਉਹ 1400 ਰੁਪਏ ਚੱਲਦੀ ਅਤੇ ਸਰ ਆ ਕੀ ਹੈਗਾ ਆਹ ਵਾਲਾ ਆਹ ਜਿਹੜਾ ਪਿਆ ਇਹ ਬੱਚਿਆਂ ਦਾ ਖੇਡਣ ਵਾਲਾ ਅੱਛਾ ਮਤਲਬ ਕਿ ਬੋਲ ਮਾਰਾਂਗੇ ਤਾਂ ਉਹ ਡਿੱਗਦੇ ਨੇ ਬਾਲ ਥੋਕ ਕੁਰਸੀ 4500 ਰੁਪਏ ਤੱਕ ਦੇ ਵੱਡੀ ਫੁੱਲ ਜਿਹੜਾ ਛੋਟਾ ਸਾਈਜ਼ ਆ ਉਹ ਆਪਾਂ ਦੇ ਦਿੰਦੇ 3500 ਤੱਕ ਉਹ ਤੋਂ ਛੋਟੇ ਜਿਹੜੇ 1400 ਦੀ ਠੀਕ ਠੀਕ ਅਤੇ ਸਰ ਤੁਹਾਡੇ ਲਾਗੇ ਇੱਕ ਫਰੰਟ ਦੇ ਉੱਤੇ ਇੱਕ ਗਨਸ ਪਈਆਂ ਹੋਈਆਂ ਇਹਨਾਂ ਦਾ ਕੀ ਆ ਰੋਲ ਇਹ ਗਨਾਂ ਘਰ ਦੀ ਸਜਾਵਟ ਵਾਸਤੇ ਮਤਲਬ ਕਿ ਛੋਟੇ ਵੱਡੇ ਛੋਟੇ ਵੱਡੇ ਸਾਈਜ਼ ਦੇ ਵਿੱਚ ਸਾਰਾ ਕੁਝ ਬਣਿਆ ਹੋਇਆ ਵਾ ਠੀਕ ਹੈ। ਮਤਲਬ ਕਿ ਕੋਈ ਗਿਫਟ ਦੇਣਾ ਕੋਈ ਚੀਜ਼ ਮਤਲਬ ਕਿ ਅੱਛਾ ਗਿਫਟਸ ਵਿੱਚ ਆਈਟਮਸ ਜਿਹੜੀਆਂ ਬਣੀਆਂ ਹੋਈਆਂ ਵਾ ਉਹ ਤੁਸੀਂ ਇਹਨਾਂ ਨੂੰ ਜਿਹੜਾ ਵਾ ਗਿਫਟ ਪੈਕ ਕਰਕੇ ਟੇਬਲ ਲੈਂਪ ਵੀ ਹੈਗੀ ਆ ਹਰ ਚੀਜ਼ ਹੈਗੀ ਠੀਕ 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 1100 ਰੁਪਏ ਤੱਕ ਓਕੇ ਅੱਛਾ 1100 ਤੱਕ ਜਿਹੜੇ ਸਟਾਰਟਿੰਗ ਰੇਂਜ ਹੈਗੀ ਆ ਬਾਈਕਸ ਤੁਸੀਂ ਦੇਖਦੇ ਪਏ ਜੇ ਕਾਫੀ ਸੋਹਣੀਆਂ ਹੈਗੀਆਂ ਸਟੱਡੀ ਟੇਬਲ ਆਖ ਬਾਹਰ ਚਲਾ ਕੇ ਦੋ 4x4 ਸਰ ਹਾਂ 4x4 ਅੱਛਾ 4x4 ਅੱਛਾ ਯਾਨੀ ਮਿੱਟੀ ਮਿੱਟੀ ਪਾ ਕੇ ਤੇ ਆਪਾਂ ਇਹਦੇ ਜੋ ਮਰਜ਼ੀ ਬੱਚਾ ਕੇ ਠੀਕ ਹੈ। ਮਤਲਬ ਬੱਚਿਆਂ ਦੇ ਖੇਡਣ ਵਾਸਤੇ ਬਹੁਤ ਵਧੀਆ ਚੀਜ਼ ਹੈਗੀ ਆ ਦੋ ਜਣੇ ਕੰਫਰਟੇਬਲ ਹੋ ਕੇ ਬੈਠ ਸਕਦੇ ਨੇ ਦੋ ਬੱਚੇ ਬੈਠ ਸਕਦੇ ਨੇ ਠੀਕ ਠੀਕ ਹੈ ਅਤੇ ਹੈ ਇਲੈਕਟ੍ਰੋਨਿਕ ਚਾਰਜਬਲ ਆ ਸਕਦੇ ਚਾਰਜ ਕਰਦੇ ਦੋ ਘੰਟੇ ਖੜ੍ਹ ਜਾਂਦੀ ਠੀਕ ਠੀਕ ਵੈਸੇ ਤਾਂ ਬੱਚਾ ਮਤਲਬ ਕਿ 20-22 ਮਿੰਟ ਮਤਲਬ ਕਿ ਬਹਿ ਕੇ ਆਕੇ ਜਾਂਦਾ ਦੋ ਘੰਟੇ ਇੱਕ ਵਾਰੀ ਚਾਰਜ ਕੀਤਾ ਹਰ ਬੈਟਰੀ ਕੱਢ ਜਾਂਦੀ ਕੱਲ੍ਹ ਨੂੰ ਰਿਪੇਅਰ ਕੋਈ ਕੰਮ ਹੋਵੇ ਤਾਂ ਅਸੀਂ ਇਹਦੇ ਜ਼ਿੰਮੇਵਾਰ ਰਿਪੇਅਰ ਕਰਕੇ ਦਿਆਂਗੇ ਅੱਛਾ ਰਿਪੇਅਰ ਵੀ ਕਰਕੇ ਦਿੰਦੇ ਜੀ ਠੀਕ ਆ ਸੁਪਰ ਕਾਰ ਕਾਰਸ ਤੁਸੀਂ ਦੇਖਦੇ ਪਏ ਜੇ ਕਿ ਕਾਫੀ ਸੋਹਣੀਆਂ ਗਈਆਂ ਔਰ ਵੱਡੀਆਂ ਕਾਰਸ ਵੀ ਤੁਸੀਂ ਦੇਖਦੇ ਪਏ ਜੇ ਸਾਈਕਲ ਤਾਂ ਤੁਸੀਂ ਦੇਖਦੇ ਪਏ ਜੇ ਕਿ ਕਾਫੀ ਸੋਹਣੇ ਹੈਗੇ ਆ ਠੀਕ ਹੈ ਇਹਦੇ ਵਿੱਚ ਬਾਈਕਸ ਕਾਰਾਂ ਸੁਪਰ ਬਾਈਕ ਠੀਕ ਹੈ ਅਤੇ ਛੋਟੀਆਂ ਬਾਈਕਸ ਔਰ ਸਕੂਟਰ ਵੀ ਤੁਹਾਨੂੰ ਮਿਲ ਜਾਏਗਾ ਸਕੂਟਰ ਦੇਖੋ ਕਿੰਨਾ ਸੋਹਣਾ ਹੈਗਾ ਵਾ ਸਕੂਟਰ ਤਾਂ ਸਰ ਬਹੁਤ ਸੋਹਣਾ ਲੱਗਣ ਦਾ ਪੀਲੇ ਰੰਗ ਦਾ ਸਕੂਟਰ ਬਹੁਤ ਮਾਲ ਵਿੱਚ ਦਿੱਲੀ ਲੈ ਕੇ ਅੱਛਾ ਯਾਨੀ ਸਕੂਟਰ ਦਾ ਰੰਗ ਹੀ ਬਹੁਤ ਸੋਹਣਾ ਵਾ ਦੋ ਬੱਚੇ ਬੈਠ ਸਕਦੇ ਇੱਥੇ ਅੱਛਾ ਦੋ ਬੱਚੇ ਬੈਠ ਸਕਦੇ ਨੇ ਕਾਰਾਂ ਦੀ ਦੇਖਦੇ ਪਏ ਜੇ ਬੈਲ ਆਈਕਨ ਨੂੰ ਇਹ ਘੰਟੀ ਹੁੰਦੀ ਜ਼ਰੂਰ ਵਜਾਇਆ ਕਰੋ ਪਲੱਸ ਮੈਂ ਕਾਰਾਂ ਦਾ ਅਤੇ ਪ੍ਰੋਪਰਟੀਜ਼ ਦਾ ਵੀ ਕੰਮ ਕਰਦਾ ਵਾਂ ਅਤੇ ਤੁਸੀਂ ਉਹਦੇ ਲਈ ਮੈਨੂੰ ਕਾਲ ਕਰ ਸਕਦੇ ਜੀ।